ਪੰਜਾਬੀ 뮤직 ਇੰਡਸਟਰੀ ਤੇ ਫਿਲਮ ਇੰਡਸਟਰੀ ਤੇ ਰੂਲ ਕਰਨ ਵਾਲੇ ਰੋਸ਼ਨ ਪ੍ਰਿੰਸ ਜੋ ਕਿ ਇੱਕ ਸਿੰਗਰ, ਪ੍ਰੋਡਿਊਸਰ, 뮤지ਸ਼ੀਅਨ, ਸੌਂਗ ਰਾਈਟਰ ਤੇ ਐਕਟਰ ਨੇ ਤੇ ਆਪਣੀ ਕਾਫੀ ਹਿੱਟ ਮੂਵੀਜ਼ ਫੇਰ ਮਾਮਲਾ ਗੜਬੜ, ਇਸ਼ਕ ਬਰਾਂਡੀ, ਨੋਟੀ ਜੱਟਸ ਵਰਗੀ ਪਿਕਚਰਸ ਦੇਣ ਤੋਂ ਬਾਅਦ ਇੱਕ ਵਾਰ ਫਿਰ ਤੋਂ ਆਪਣੀ ਨਵੀਂ ਮੂਵੀ ਲਾਵਾਂ ਫੇਰੇ ਨਾਲ ਹਾਜ਼ਰ ਹਨ। ਇਸ ਮੂਵੀ ਦੀ ਸ਼ੂਟਿੰਗ 25 ਮਾਰਚ 2017 ਚ ਸਟਾਰਟ ਹੋ ਗਈ ਸੀ। ਇਹ ਇੱਕ ਡਰਾਮਾ ਕਾਮੇਡੀ ਪੰਜਾਬੀ ਮੂਵੀ ਹੈ। ਰੋਸ਼ਨ ਪ੍ਰਿੰਸ ਤੇ ਰੁਬੀਨਾ ਬਾਜਵਾ ਮੇਨ ਐਕਟਰਸ ਨੇ ਤੇ ਇਸ ਮੂਵੀ ਨੂੰ ਡਾਇਰੈਕਟ ਕੀਤਾ ਸਮੀਪ ਕੰਗ ਨੇ ਤੇ ਫਿਲਮ ਦਾ ਪਲੋਟ ਲਿਖਿਆ ਪਾਲੀ ਭੁਪਿੰਦਰ ਨੇ। ਪ੍ਰੋਡਿਊਸਰ ਨੇ ਕਰਮਜੀਤ ਅਨਮੋਲ, ਰਾਜੀਵ ਸਿੰਗਲਾ ਤੇ ਪ੍ਰੇਮ ਪ੍ਰਕਾਸ਼ ਗੁਪਤਾ ਤੇ ਇਸ ਮੂਵੀ ਦੀ ਰਿਲੀਜ਼ ਡੇਟ ਅਨਾਊਂਸ ਹੋ ਚੁੱਕੀ ਹੈ ਤੇ ਰਿਲੀਜ਼ ਡੇਟ ਹੈ 9 ਫਰਵਰੀ 2018। ਉਮੀਦ ਹੈ ਕਿ ਇਹਨਾਂ ਦੀ ਬਾਕੀ ਮੂਵੀਜ਼ ਵਾਂਗ ਇਹ ਪਿਕਚਰ ਵੀ ਜ਼ਬਰਦਸਤ ਹੋਏਗੀ। ਫੋਰ ਮੋਰ ਬਾਲੀਵੁੱਡ ਐਂਡ ਪੋਲੀਵੁੱਡ ਅਪਡੇਟ ਸਬਸਕ੍ਰਾਈਬ ਆਰ ਚੈਨਲ ਸਵੇਰਾ ਸਟਾਰ ਟਾਕਸ।